भाई वास्ते भी मैं लाया लाया आया तू ए नहीं भाई शादी करा छड़ा छोड़ दी पुत्र हां इन करो भी तू कोई शै पकावन खान लाया कोई सब्जी सुब्जी हां की लाया मां सब्जी हां ओ सब्जी लाया सब्जी हां कोई नहीं जाना क्यों ओ सारे चोर मैं छेड़ दे रहे क्यों तिन छेड़ दे ना ओ अनन ए चकदा ते थोड़ा जा कंट्रोल कर लवी ना नहीं मेरे को होंदा ओ कर लवी ओ इथे मैं केनु ले आवा क्या कर के देना और हो ते तू मेरी शादी कर खा ओ करदा तेरी शादी घबरा ना मैं तेरी शादी कर सा एक बारी मेरा पुत्र सामान लाया को घर पकावन का गोख नाल यप दे पाए मैं कोई नहीं जाना ओ सारे छोर मेनू छेड़ दे रे ओ यार आ देख जी मैं जानदा भूखे मरदे पाए भूख लगी हुई है हां लगी हुई है हां ते जा लाया को पकावी है यार तेरी मेहरबानी मेरा पुत्र बड़ा सयाना बड़ा बड़ा बीबा मेरा पुत्र ए छोड़ दे सफाई मर कर लेने आए इंदे इंदे वे बास ते तू मन तबा के नहीं दिखता वाह भाई वाह वड्डी हो जड़ औदू देखन आ निक्की हो गई तेनु मोर वाला झाड़ू ला दे सा मोर वाला ओ वड्डा ओ जिंदे वेच छोटा होंदा हां ओ जा लाया मेरा पुत्र भाई के जा ते ओंदे कोल जेड़ा ना सब्जी लाया जेड़ी भी सब्जी है ना तू ला के और आवन वाली कार पकावी है यार भूख नाल मर दे मैं मल्ले कोनु जाना मैं दूजे मल्ले लाया था जा तू लाया जित्थु मर्जी तू लाया जित्थु डिंदी है लाया पैसे है नहीं पैसे है नहीं आ ठीक है लगा ओए ये मरीना नहीं तो और इस करना की है हुन मैं केड़े मल्लू सौदा लवन जावा हैं आस मल्ले देवी छोर मैनू छेड़ दे ने आओ मल्ले चल दे आगे कमला इन में छेड़ दा की हाल है कितने जाना बे मैं तेने ना फिर फाड़ थलना खाए वाल हो जाए हाँ खावा वाल हो जाती सही अस्सलाम वालेकुम जी आलू किवे किलो लाए जे 50 रुपये हां 50 रुपये फ्री पये देने नहीं नहीं देने क्यों ओ पागल जाए मैं जिले पे ना नहीं वारा करते नहीं देने तो मोड़ मटर किवे किलो लाए 60 रुपये फ्री रुपये चल निकल निकल मैं बेचना ही नहीं चल निकल क्यों ओ पागल जाए कंजर प्यो नु गल क्यों कंजर प्यो नु गल क्यों ओनु गल कंजर नु निकल चल चल छोर और निकल पानी की ते अच्छी ते लब्बी कोई नहीं ते पक्की होई ले ही जावा ठीक है आ अस्सलाम वालेकुम वालेकुम सलाम की पकाया होया जे आलू कीमा आलू कीमा आलू मटर भाई एक मिनट कीवे प्लेट है सठां दी ਤਰੀਆਂ ਦੀ ਤੇ ਜਾ ਹੈ ਤੇ ਚੱਕਦਾ ਕਿਉਂ ਪਿਆ ਮੈਨੂੰ ਚੱਕਦਾ ਕੋਈ ਨਹੀਂ ਪਿਆ ਮੈਂ ਤੇ ਕੀ ਕਰਦਾ ਪਿਆ ਏ ਚੱਕਦਾ ਕੋਈ ਨਹੀਂ ਪਿਆ ਮੈਂ ਹੈ ਉਹ ਚੱਲ ਪਾ ਜਾ ਕੋਈ ਨਹੀਂ ਚੱਲ ਚੱਲ ਉਹ ਨਾ ਚੱਕਦਾ ਕੋਈ ਨਹੀਂ ਪਿਆ ਤੇ ਹੋਰ ਤੂੰ ਕੀ ਕਰਦਾ ਪਿਆ ਆ ਮੇਰੀ ਆਦਤ ਹੈ ਕਰ ਚੈਨ ਪਕ ਪਕ ਪਕਾ ਚ ਤੂੰ ਓ ਕਾਲੇ ਓ ਕਾਲੇ ਇੰਦਾ ਕਾਲਾ ਉੱਲਿਆ ਬੈਠਾ आ लियो आया नहीं पता नहीं किधर गया होया की हाल है बुढ़िया
ਆਓ ਠੀਕ ਠਾਕ ਜੀ ਹੋਰ ਸੁਣਾ ਤਬੀਅਤ ਵੀ ਠੀਕ ਹੈ ਅੱਲਾਹ ਦਾ ਕਰਮ ਤੇਰੀ ਬੋ ਹੋਰ ਸੁਣਾਓ ਘਰ ਬਾਰ ਸਭ ਖਰੀਆ ਤਾਈ ਅੱਲਾਹ ਦਾ ਕਰਮ ਹੈ ਠੀਕ ਠਾਕ ਤੇ ਜਿਹੜਾ ਕੰਮ ਤੁਹਾਡੇ ਜ਼ਿੰਮੇ ਲਾਇਆ ਹੋਇਆ ਹੈ ਵੇਖ ਆਇਆ ਤੇਰੇ ਛੋਰ ਵਾਸਤੇ ਰਿਸ਼ਤਾ ਅੱਛਾ ਗੱਲ ਇਹ ਵਿਛੜੇ ਰਹਿੰਦੀ ਹੋਣੀ ਚਾਹੀਦੀ ਐ ਪੋਪਟ ਚੋਰ ਨੂੰ ਪਸੰਦ ਆਵੇ ਬੜਾ ਨਖਰੇਲਾ ਜਿਹਾ ਚੋਰ ਹੈ ਆ ਜਾ ਸਵਾਦ ਕੇ ਨੋ ਮੇਰੀ ਤਾਂ ਦੁੱਖੀ ਮਿਣੀ ਹੋਈ ਹੈ ਸ਼ਾਦੀ ਕਰਵਾ ਜੀ ਸ਼ਾਦੀ ਕਰ ਬਾਬਾ ਉਹ ਸਬਜ਼ੀ ਆ ਕੁਰਸੀ ਲਾਇਆ ਮੈਂ ਨਾ ਅੰਦਰੋਂ ਕੁਰਸੀ ਲਾਇਆ ਕਿੰਦੀ ਵਾਸਤੇ ਆਪਣੇ ਕਾਰਨ ਲਾਇਆ ਲਾਇਆ ਕੁਰਸੀ ਇਹ ਕੌਣ ਹੈ ਕਮਲ ਹੈ ਇਹ ਛੋਰ ਹੈ ਮੇਰਾ ਬੜਾ ਲੁੱਡਾ ਇਹਦੇ ਵਾਸਤੇ ਰਿਸ਼ਤਾ ਵੇਖੇ ਇਹਦੇ ਵਾਸਤੇ ਰਿਸ਼ਤਾ ਬੜਾ ਨਖਰੇਲਾ ਹੀ ਉਹ ਦਾ ਪੁੱਤਾ ਹੈ ਜਿਵੇਂ ਲੰਗੜੇ ਦੀ ਵਿਸਾਖੀ ਹੁੰਦੀ ਐਂ ਜੋ ਭੋ ਕੇ ਭਵੇਂ ਨਾ ਤੂੰ ਉਹਨੂੰ ਖਾਉਂ ਹੈ ਉਹ ਤਾਂ ਉਠੀ ਮੈਂ ਨਾ ਇੱਥੇ ਉਹ ਖਾ ਏਡਾ ਤੂੰ ਲਾਟੀ ਤੀ ਆ ਉਹ ਤੇਰੇ ਰਿਸ਼ਤੇ ਦੀ ਗੱਲ ਕੀਤੀ ਐ ਤੇ ਉਹ ਆਏ ਨੋ ਆ ਉਹ ਰਿਸ਼ਤੇ ਦੀ ਗੱਲ ਕੀਤੀ ਐ ਤੇ ਆਏ ਨਾ ਖਣ ਵਾਸਤੇ ਗੱਲ ਏ ਚੱਕਦਾ ਪਿਆ ਪਹਿਲਾਂ ਉਹਨੂੰ ਤੇ ਸਮਝਾ ਗੱਲ ਐ ਸੀ ਜੋ ਚਕਾਵਣਾ ਆ ਆਪਣੇ ਆਪ ਨੂੰ ਇੱਥੇ ਉਹ ਨਹੀਂ ਯਾਰ ਚੱਕਦਾ ਨਹੀਂ ਪਿਆ ਉਹ ਤੋਂ ਇੱਕ ਮੇਰੇ ਬੇਗਾਂ ਨੂੰ ਕਿਵੇਂ ਵੇਦਾ ਵੇ ਆਰਾਮ ਕਰਕੇ ਬਹੁ ਜੱਟ ਸਾਰਾ ਕੀ ਆਈ ਗੱਲ ਪਤਾ ਕੀ ਏ ਗੱਲ ਏ ਬਈ ਛੋਏ ਰਹੇ ਓਏ ਇਦੋ ਇੱਕ ਮੇਰੇ ਆ ਨੂੰ ਇੱਧੇ ਕੀ ਮੇਰੇ ਮੂੰਹ ਤੇ ਕੀ ਨਜ਼ਰ ਨਹੀਂ ਹੁੰਦਾ ਤੈਨੂੰ ਉਦੋਂ ਵੇਦਾਂ ਬਾਰ ਬਾਰ ਛੋਏ ਨਹੀਂ ਤੇ ਹੋਣੀ ਚਾਹੀਦੀ ਅੰਮਾ ਛੋਏ ਰਹਿੰਦੀ ਹੋਣੀ ਚਾਹੀਦੀ ਏ ਬਜੜੀ ਨਾ ਪੋਪਟ ਹੋਵੇ ਤੇ ਐਂ ਜਿਹੜਾ ਨਾ ਚਿੱਟੀ ਦੁੱਧ ਹੋਵੇ ਛੋਰ ਮੇਰਾ ਬੜਾ ਨੇ ਖਰੀਦਲਾ ਹੈ ਅੱਬਾ ਓ ਯਾਰ ਸਬਰ ਕਰ ਜਾ ਤੈਨੂੰ ਆਖਿਆ ਓਏ ਕੰਮ ਖਾਣੀ ਆ ਬੈਠੇ ਹਲੇ ਛੋਏ ਹੀਰੇ ਵਰਗੀ ਹੁਣ ਓ ਯਾਰ ਖੜੋ ਜਾ ਖੜੋ ਜਾ ਇਹਦੇ ਕੀ ਸੈਲ ਨਵੇਂ ਪਵਾਏ ਨਹੀਂ ਉਹਦੇ ਟਿਕਦਾ ਹੀ ਨਹੀਂ ਪੈ ਗਿਆ ਦੇ ਓ ਯਾਰ ਟਿਕ ਜਾ ਸੀ ਲਗਾ ਲੂਡਾ ਲਾਡਾ ਹੈ ਲੂਡਾ ਲਾਡਾ ਹੈ ਮੋੜ ਹੁਣ ਦੱਸ ਕੀ ਛੇਰ ਹੀਰੇ ਵਰਗੀ ਹੋਣੀ ਚਾਹੀਦੀ ਇਹਆਂ ਰੋਟੀਆਂ ਪਕਾਉਣ ਵਾਲੀ ਹੈ ਕੋਈ ਨਹੀਂ ਯਾਰ ਰੋਟੀਆਂ ਵਾਸਤੇ ਕੰਮ ਵਾਲੀ ਤੁਸੀਂ ਰੱਖ ਲਓ ਕੋ 5 ਮਹੀਨੇ ਤੇ ਓ ਯਾਰ ਕੰਮ ਵਾਲੀ ਕੀ ਮੈਂ ਨਾ ਵੀ ਪੁੱਤਰ ਦੇ ਚਲੋ ਸ਼ਾਦੀ ਕਰਸਾਂ ਲਗਾ ਨੋ ਹੋਪ ਸਿੰਘ ਇਹ ਰੋਟੀਆਂ ਪਕਾ ਦੇ ਸੀ ਉਹ ਮਾਂ ਬੜੀਆਂ ਪਕਾ ਕੇ ਦੇਂਦੀਆਂ ਨੋ ਉਹਨੂੰ ਥੋੜੀ ਤਮੀਜ਼ ਤੇ ਸਿਖਾ ਓਏ ਮੇਰੀ ਬੇਗਮ ਦੇ ਹੱਥ ਵਾਪਸ ਆਖ ਰੱਖੀ ਹਲੋ ਓ ਕੀ ਇਹ ਸਿੱਧਾ ਹੋ ਕੇ ਟੇਕ ਕੇ ਬਹਿ ਜਾ ਕੀ ਹੈ ਤੈਨੂੰ ਸਹੀ ਸਹੀ ਆ ਕੀ ਏ ਸਹੀ ਏ ਤੂੰ ਮੈਨੂੰ ਚੱਕਦਾ ਪਿਆ ਚਬਲ ਜੇ ਮੈਨੂੰ ਚੱਕਦਾ ਪਿਆ ਐਸੀ ਤੇਰਾ ਕੰਮ ਕਰੀ ਉਹਦੇ ਵਾਸਤੇ ਆਉ ਦੋ ਵੇ ਕੀ ਹੋਇਆ ਛੇੜਦਾ ਪਿਆ ਮੈਨੂੰ ਇਹਨੂੰ ਸਮਝਾ ਲੈ ਮੈਂ ਹੱਡੀਆਂ ਬਣ ਛਣੀਆਂ ਨੂੰ ਤੂੰ ਯਾਰ ਨਹੀਂ ਛੇੜਦਾ ਪਿਆ ਯਾਰ ਉਹਨੂੰ ਆ ਤੇਰੀ ਚਿੱਟੀ ਦਾੜ ਦਾ ਲਿਆ ਅਸੀਂ ਕਰਦੇ ਆ ਅਸੀਂ ਤੇਰੀ ਮੇਰ ਜੇ ਤੂੰ ਆ ਬੈਠਾ ਤੁਹਾਡੀ ਸਾਥ ਵਾਸਤੇ ਇਹਨੂੰ ਬਰਨਾਲ ਵਾਤੇ ਕੋ ਛੇੜਦਾ ਪਿਆ ਸਾਨੂੰ ਉਹਦੇ ਚਬਲ ਜੇ ਵੇ ਮੈਂ ਤੇਰੀਆਂ ਨਾਸਾਂ ਬੰਨ ਦੇਣੀਆਂ ਤੇ ਮੈਂ ਦੱਸਾਂ ਮੈਂ ਤੇ ਇੱਕ ਜੜ ਸਰਾ ਬਹਿ ਜਾ ਤਮੀਜ਼ ਹੀ ਕੋਈ ਨਹੀਂ ਆ ਗਾਂ ਤਾਂ ਵੇਖਿਆ ਕਰ ਸ਼ਰਮ ਹੀ ਨਹੀਂ ਆਉਂਦਾ ਪਿਆ ਯਾਰ ਗੱਲ ਏ ਤੁਹਾਡੀ ਮਿਹਰਬਾਨੀ ਹੈ ਯਾਰ ਕੋ ਰਿਸ਼ਤਾ ਲੱਭ ਦਿਓ ਯਾਰ ਕੋ ਹਾਂ ਵੇਖ ਮੁਰ ਬਾਤ ਤਮੀਜ਼ ਓਏ ਕਿਹੜੀ ਮਿਹਰਬਾਨੀ ਪਿਆ ਤਾ ਹੈ ਯਾਰ ਮੇਰਾ ਲੂਟਾ ਲਾਡਾ ਪੁੱਤਰ ਯਾਰ ਲਾਡੇ ਸੁੱਤੇ ਕੀ ਐਸੀ ਦੀ ਤੈਸੀ ਚੱਲ ਨਹੀਂ ਹੰਦਲੀ ਮੇਰੀ ਗੱਲ ਤਾਂ ਸੁਣੋ ਸਾਡ ਤੇਰੀ ਜਿਹੜੇ ਤੂੰ ਇੱਜ਼ਤਦਾਰ ਬਣਿਆ ਹੋਇਆ ਚੱਲ ਬਈ ਹਟ ਤੇਰੇ ਲੁੱਟੇ ਲਾਡੇ ਦੀ ਐਸੀ ਦੀ ਤੈਸੀ ਕਾਰਾ ਪ੍ਰਾਣ ਤੇ ਆਖ ਰੱਖੀ ਵਦੇ ਓ ਯਾਰ ਕੋਈ ਨਹੀਂ ਇਹਦੂ ਚਾਹ ਕੇ ਆ ਕਈ ਰੱਖ ਲੈਂਦਾ ਕੋਈ ਨਹੀਂ ਹੁੰਦਾ ਯਾਰ ਚੱਲ ਨਹੀਂ ਤੂੰ ਦੰਦ ਪਕੜ ਦੀ ਚੱਲ ਕਰਾਈ ਆਈ ਨਾ ਕਰਾਈ ਆਈ ਨਾ ਹੁਣ ਦੀ ਸੀ ਮੇਰੀ ਚੰਗੇ ਭਲੇ ਹੋ ਰਿਸ਼ਤਾ ਲੈ ਕੇ ਆਇਆ ਤੂੰ ਫੜ ਕੇ ਰੂਹ ਰੂਹ ਛੱਡੀ ਯਾਰ ਸ਼ਾ ਤਮਾਸ਼ਾ ਬਣਾਇਆ ਹੋਇਆ ਤੂੰ ਮੈਂ ਤੈਨੂੰ ਕੀ ਆਖਿਆ ਕੀ ਆਖਿਆ ਤੂੰ ਨਾ ਚਾਹ ਵੜਕੀ ਨੂੰ ਵੇਖੇ ਆ ਹਲਾ ਉਹਨੇ ਜੋ ਪਾੜ ਪਾੜ ਕੇ ਅੱਖੀ ਵੇਖੀ ਜਾਂਦਾ ਉਹ ਤੈਨੂੰ ਢੀਣੀ ਆਈ ਤਮਾਸ਼ਾ ਬਣਾਇਆ ਹੋਇਆ ਤੂੰ ਉੜੀ ਇਥੋਂ ਨਿਕਲ ਨਿਕਲ ਇਥੋਂ ਉਹ ਘਰ ਦੇ ਕੰਮ ਕਰ ਵੇਖ ਤਾਂ ਸਹੀ ਨਿੰਗਰ ਵੱਡੇ ਦਾ ਮੂੰਹ ਮੈਂ ਹੁਣ ਇੱਥੇ ਕੀ ਕਰਾਂ ਮੈਨੂੰ ਵੀ ਫੜ ਕੇ ਜ਼ਲੀਲ ਤੇ ਖੁਆਰ ਕਰ ਜੇਲੇ ਵੇਖੋ ਇਹਦੀ ਆਦਤ ਨਹੀਂ ਜਾਂਦੀ ਹੇਠਾਂ ਸੋ ਸਮਾਨ ਲਵਣ ਕਰਨ ਚਲੋ ਬਾਲ ਮਗਰ ਲੱਗੇ ਹੁੰਦੇ ਵੱਟੇ ਲੈ ਕੇ ਨਿੱਕਾ ਤਾਂ ਕੋਈ ਉੱਠ ਜੱਡਾ ਇਹਦਾ ਕੱਦ ਮੇਰੇ ਨੂੰ ਵੀ
ਮੈਨੂੰ ਵੀ ਆਦਤ ਪਾ ਛੱਡੀ ਸੀ।